ਸਾਈਜ਼ ਚੈੱਕ ਕਰ ਲਓ ਕਹਿੰਦੇ ਖਲੀ ਨੂੰ ਯਾਦ ਕਰ ਲਓ ਜਾਂ ਟੈਡੀ ਦੇਖ ਲਓ ਇੱਕੋ ਚੀਜ਼ ਹੈਗੀ ਜੇ ਹਾਂ ਕਤਰਾਂ ਵਾਲੇ ਜਗਰਾਜ ਵਾਲੇ ਖਲੀ ਵਰਗਾ ਭਾਈ ਖਲੀ ਜਿੱਡਾ ਹਾਂ ਤੇ ਇਦਾਂ ਦੇ ਸਾਡੇ ਕੋਲ ਸੌਫਟ ਟੌਇਜ਼ ਬਹੁਤ ਰੇਂਜ ਅਵੇਲੇਬਲ ਹੈ ਤੁਸੀਂ ਅਗਰ ਦੇਖਣਾ ਚਾਹੁੰਦੇ ਹੋ ਹਰੇਕ ਚੀਜ਼ ਸਾਡੇ ਕੋਲ ਅਵੇਲੇਬਲ ਨੇ ਵੀ ਜਿਸ ਬੱਚੇ ਨੇ ਜਾਂ ਕਿਸ ਵੱਡੇ ਨੇ ਸਾਡੀ ਵੀਡੀਓ ਨੂੰ ਮੈਕਸਿਮਮ ਸ਼ੇਅਰ ਕਰ ਦਿੱਤਾ ਤੇ ਮੈਕਸਿਮਮ ਲਾਈਕ ਕਰਤਾ ਕਮੈਂਟ ਕਰਤਾ ਮੇਰਾ ਨੰਬਰ ਨੋਟ ਕਰ ਲਓ 8300000086 ਮੇਰਾ ਨੰਬਰ ਹੈ ਜੀ ਉੱਥੇ ਅਗਰ ਸ਼ੇਅਰ ਕਰਕੇ ਮੈਨੂੰ ਸਕਰੀਨਸ਼ਾਟ ਭੇਜਣੇ ਸ਼ੁਰੂ ਕਰ ਦਿੱਤੇ ਇੱਕ ਬੱਚੇ ਨੂੰ ਉਹਦੇ ਘਰੇ ਗਿਫਟ ਪਹੁੰਚ ਜਾਊਗਾ ਉਹ ਵੀਡੀਓ ਮੈਂ ਵੀਰੇ ਰਾਹੀਂ ਦੁਬਾਰਾ ਪਾ ਦੂੰਗਾ ਅਗਲੇ ਗੇੜੇ ਦੇ ਵਿੱਚ ਤਾਂ ਕਿ ਤੁਹਾਨੂੰ ਪਸੰਦ ਆ ਰਿਹਾ ਕਹਿਣ ਵੀ ਵਾਕਈ ਬੰਦੇ ਨੇ ਦਿਲ ਜਿੱਤ ਲਿਆ ਤੂੰ ਤੇ ਮੈਜਿਕ ਹੀ ਹੋਣ ਲੱਗਾ ਜੀ ਲਓ ਜੀ ਇੱਕ ਅਟੈਚੀ ਹੋਰ ਨਿਕਲ ਗਿਆ ਜੀ ਹੁਣ ਇੱਕ ਅਟੈਚੀ ਫਿਰ ਫੜ ਕੇ ਰੱਖੋ ਲਓ ਜੀ ਹੁਣ ਅਗਲਾ ਹੋਰ ਫਿਰ ਕੰਮ ਕਰ ਦਈਏ ਇੱਕ ਹੋਰ ਜਾਦੂ ਦਿਖਾ ਦਈਏ ਤੁਹਾਨੂੰ ਜੀ ਔਰ ਰੇਟ ਵੀ ਤਾਂ ਨਾਲ ਦੇਵਾਂਗੇ 4500 ਰੁਪਏ ਦੇ ਚ ਸਾਡੇ ਕੋਲ ਸੈੱਟ ਹੈਗਾ ਇੱਕ ਨਹੀਂ ਦੋ ਨਹੀਂ ਤਿੰਨ ਪੀਸ ਦਾ ਜੇ ਮਨ ਹੋਵੇ ਜਵਾਕ ਜੱਲੇ ਨੂੰ ਖੁਸ਼ ਕਰਨ ਦਾ ਤਾਂ ਤੁਹਾਨੂੰ ਇੱਕ ਐਡਰੈਸ ਦੇ ਰਿਹਾ ਮੈਂ ਵੀ ਆਇਆ ਇੱਥੇ ਬੱਚਿਆਂ ਵਾਸਤੇ ਗਿਫਟ ਲੈਣ ਵਾਸਤੇ ਤੁਹਾਡਾ ਇਰਾਦਾ ਹੋਵੇ ਤਾਂ 4 ਖੰਭਾ ਚੌਂਕ ਲੁਧਿਆਣੇ ਆ ਜਿਓ ਪਹਿਲੀ ਤਾਂ ਗੱਲ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਇੱਥੇ 4 ਖੰਭਾ ਚੌਂਕ ਲੁਧਿਆਣੇ ਆ ਕੇ ਗੁਰ ਤੁਹਾਨੂੰ ਉੱਪਰ ਦਿਸ ਰਿਹਾ ਗੁਰ ਟੋਏ ਵਾਲਿਆਂ ਦੀ ਬਹੁਤ ਵੱਡਾ ਮਾਲ ਆ ਮੇਲਾ ਹੀ ਲਾਈ ਬੈਠਿਆ ਮੇਲਾ ਹੀ ਪਰ ਇਸ ਮਾਲਕ ਦਾ ਇੱਕ ਹੋਰ ਦਾਵਾ ਉਹ ਦਾਵਾ ਇਹ ਆ ਕਿ ਸਾਡੀ ਕੁਆਲਿਟੀ ਤੇ ਸਾਡੇ ਰੇਟ ਦਾ ਕੋਈ ਮੁਕਾਬਲਾ ਨਹੀਂ ਕਿਤੇ ਰੇਟ ਘੱਟ ਤੇ ਕੁਆਲਿਟੀ ਜ਼ਿਆਦਾ ਅੱਜ ਤੁਹਾਨੂੰ ਮੈਂ ਇੱਥੇ ਮਿਲਵਾਉਂਗਾ ਤੇ ਦਿਖਾਉਂਗਾ ਕਿ ਕੀ ਕੁਆਲਿਟੀ ਹੈ ਇਹਨਾਂ ਕੋਲੇ ਕੀ ਰੇਟ ਆ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਕੀ ਦਿੰਦੇ ਆ ਗਿਫਟ ਕਹਿੰਦੇ ਲਾਈਕ ਕਰਨ ਵਾਲਿਆਂ ਨੂੰ ਸ਼ੇਅਰ ਕਰਨ ਵਾਲਿਆਂ ਨੂੰ ਵੀ ਗਿਫਟ ਦੇਣੇ ਆ ਕੋਈ ਜਵਾਕ ਜੱਲਾ ਇੱਥੇ ਆ ਜਾਂਦਾ ਨਾ ਲੈ ਕੇ ਚੀਜ਼ ਨਹੀਂ ਵੀ ਪਸੰਦ ਉਹਦੀ ਪਹਿਲੀ ਤਾਂ ਗੱਲ ਹੀ ਨਹੀਂ ਕਿ ਤੁਹਾਡਾ ਜਵਾਕ ਇੱਥੋਂ ਚੀਜ਼ ਪਸੰਦ ਨਾ ਕਰੇ ਪਰ ਜੇ ਜਵਾਕ ਨੂੰ ਚੀਜ਼ ਮੰਨ ਲਓ ਤੁਹਾਡੇ ਤੋਂ ਨਹੀਂ ਵੀ ਲਈ ਗਈ ਨਾ ਤਾਂ ਵੀ ਕੋਈ ਨਾ ਕੋਈ ਗਿਫਟ ਫਿਰ ਵੀ ਦੇ ਕੇ ਤੋਰ ਦਿੰਦੇ ਆ ਆਪਾਂ ਖੁਰਾਣਾ ਸਾਹਿਬ ਨੂੰ ਮਿਲਦੇ ਹਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਸਾਰੀ ਚੀਜ਼ ਦੀ ਲੈਣੇ ਜਾਣਕਾਰੀ ਸਤਿ ਸ਼੍ਰੀ ਅਕਾਲ ਖੁਰਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਪੂਰੇ ਪੰਜਾਬ ਦਾ ਲੁਧਿਆਣਵੀਸ ਦਾ ਕਹਿੰਦੇ ਪੂਰੇ ਪੰਜਾਬ ਸਟੇਟ ਦਾ ਵੈਲਕਮ ਹੈ ਆਪਣਾ ਬ੍ਰਾਂਡ ਗੁਰੂ ਟੋਏ ਦੇ ਅੰਦਰ ਜਿੱਥੇ ਸਾਨੂੰ ਦਿਖਾਵਾਂਗੇ ਵੈਰਾਈਟੀ ਸਰ ਕੁਆਲਿਟੀ ਦਿਖਾਵਾਂਗੇ ਚੀਜ਼ਾਂ ਦਿਖਾਵਾਂਗੇ ਵਨ ਸਵਨੀਆਂ ਮੈਂ ਪਹਿਲਾਂ ਦਾਵਾ ਕਰਦਾ ਹੈਗਾ ਜਿਹੜੀ ਚੀਜ਼ਾਂ ਮੇਰੇ ਭਰਾ ਨੂੰ ਦਿਖਾਵਾਂਗਾ ਨਿਊ ਬੋਰਨ ਤੋਂ ਲੈ ਕੇ 4 ਸਾਲ ਤੋਂ ਲੈ ਕੇ 15 ਸਾਲ ਦੇ ਛੱਡ ਕੇ 20 ਸਾਲ ਦੇ ਬੱਚੇ ਲਈ ਮਤਲਬ ਜਵਾਕ ਖੁਸ਼ ਕਰਨੇ ਹੈ ਤੁਹਾਨੂੰ ਸਾਡੇ ਸਟੋਰ ਗੁਰੂ ਟੋਏ ਆਉਣਾ ਪੈਣਾ ਉਹ ਵੀ ਬੱਚੇ ਨੂੰ ਤਾਂ ਗਿਫਟ ਦੇਣੇ ਦਿੰਦੇ ਮਾਪੇ ਆਉਂਦੇ ਨੇ ਬੱਚੇ ਕਹਿੰਦੇ ਬੱਚੇ ਨੂੰ ਕੁਛ ਹੀ ਪਸੰਦ ਨਹੀਂ ਆਈ ਸਾਡੇ ਦਾ ਦਾਵਾ ਹੈਗਾ ਚੀਜ਼ ਤਾਂ ਵਧੀਆ ਦੇਣੀ ਦੇਣੀ ਬਟ ਫਿਰ ਵੀ ਅਸੀਂ ਕੰਪਨੀ ਦੇ ਓਰੀਜਨਲ ਕੰਪਨੀ ਕੈਟ ਕੰਪਨੀ ਦੇ ਹੈੱਡਫੋਨ ਗਿਫਟ ਦੇਣੇ ਦੇਣੇ ਹੈ ਤੁਸੀਂ ਉੱਪਰ ਜਾਓ ਸਾਡੇ ਨਾਲ ਆਓ ਪਲੱਸ ਜਿਹੜਾ ਤੁਹਾਨੂੰ ਪਸੰਦ ਆਉਂਦਾ ਸੌਦਾ ਹਰੇਕ ਸੌਦੇ ਉੱਤੇ ਰੇਟ ਲੱਗੇ ਹੋਣਗੇ ਤਾਂ ਮੈਂ ਰੇਟ ਵੀ ਦਿਖਾਵਾਂਗਾ ਚੀਜ਼ਾਂ ਚਲਾ ਕੇ ਵੀ ਦਿਖਾਵਾਂਗੇ ਪਲੱਸ ਤੁਹਾਡੀ ਤਸੱਲੀ ਕਰਾਵਾਂਗੇ ਸਿਰਫ ਸਾਨੂੰ ਗਿਣ ਕੇ ਤੁਹਾਡੇ 5 ਮਿੰਟ ਚਾਹੀਦੇ ਨੇ ਅਤੇ ਮੇਰੇ ਭਰਾ ਤੁਸੀਂ ਗਏ ਹੋ ਆਇਓ ਚੱਲ ਕੇ ਇੱਦਾਂ ਹੀ ਅਸੀਂ 5 ਮਿੰਟ ਸਾਰੇ ਸ਼ਹਿਰ ਦਾ ਲਵਾਂਗੇ ਕਿਉਂਕਿ ਤੁਹਾਨੂੰ ਦੇਖਣ ਵਾਲੇ ਦਾ ਬੰਦੇ ਬਹੁਤ ਨੇ ਕਹਿੰਦੇ ਪਹੁੰਚ ਦਾ ਉਹੀ ਹੋ ਜਿਹਨੂੰ ਲੋੜ ਹੁੰਦੀ ਹੈ ਜਿਹਨੂੰ ਲੋੜ ਹੈ ਉਹ ਮੇਰੇ ਬਾਜ਼ਾਰ ਨੂੰ ਜ਼ਰੂਰ ਸੱਦ ਲਈਓ ਸ਼ਕਲਾਂ ਪਹਿਚਾਣ ਲਓ ਅਸੀਂ ਤੁਹਾਡੇ ਦਾਸ ਹੈਗੇ ਹਾਂ ਅਤੇ ਕਵਰਦੀਪ ਮੇਰਾ ਨਾਮ ਹੈ ਬ੍ਰਾਂਡ ਗੁਰੂ ਟੋਏ ਹੈਗਾ ਜੀ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸਣ ਲੱਗੇ ਹਾਂ ਪਹਿਲੀ ਵਾਰੀ ਵੀ ਜਿਸ ਬੱਚੇ ਨੇ ਜਾਂ ਕਿਸ ਵੱਡੇ ਨੇ ਸਾਡੀ ਵੀਡੀਓ ਨੂੰ ਮੈਕਸਿਮਮ ਸ਼ੇਅਰ ਕਰ ਦਿੱਤਾ ਅਤੇ ਮੈਕਸਿਮਮ ਲਾਈਕ ਕਰਤਾ ਕਮੈਂਟ ਕਰਤਾ ਮੇਰਾ ਨੰਬਰ ਨੋਟ ਕਰ ਲਓ 8300000086 ਮੇਰਾ ਨੰਬਰ ਹੈ ਜੀ ਉੱਥੇ ਅਗਰ ਸ਼ੇਅਰ ਕਰਕੇ ਮੈਨੂੰ ਸਕਰੀਨਸ਼ਾਟ ਭੇਜਣੇ ਸ਼ੁਰੂ ਕਰ ਦਿੱਤੇ ਇੱਕ ਬੱਚੇ ਨੂੰ ਉਹਦੇ ਘਰੇ ਗਿਫਟ ਪਹੁੰਚ ਜਾਊਗਾ ਉਹ ਵੀਡੀਓ ਮੈਂ ਵੀਰੇ ਰਾਹੀਂ ਦੁਬਾਰਾ ਪਾ ਦੂੰਗਾ ਅਗਲੇ ਗੇੜੇ ਦੇ ਵਿੱਚ ਤਾਂ ਕਿ ਤੁਹਾਨੂੰ ਪਸੰਦ ਆ ਰਿਹਾ ਕਹਿਣ ਵੀ ਵਾਕਈ ਬੰਦੇ ਨੇ ਦਿਲ ਜਿੱਤ ਲਿਆ ਤੂੰ ਤਿਆਰ ਹੋ ਜਾ ਸ਼ਕਲਾਂ ਪਹਿਚਾਣ ਲਓ ਇਹਦਾ ਨਾਮ ਦੱਸੋ ਕੀ ਹੈ ਮੈਨੂੰ ਤਾਂ ਲੱਗਦਾ ਹੈ ਇਹਦਾ ਨਾਮ ਟੌਮ ਐਂਡ ਜੈਰੀ ਹੈ ਕਿ ਮਿੱਕੀ ਮਾਊਸ ਹੈ ਉਹਨਾਂ ਦਾ ਨਾਮ ਵੀ ਦੱਸ ਦਿਓ ਤੁਹਾਡਾ ਪਹਿਲਾ ਕੁਐਸਚਨ ਹੈਗਾ ਅਸੀਂ ਕੁਐਸਚਨ ਵੀ ਪੁੱਛਦੇ ਹਾਂ ਆਨਸਰ ਵੀ ਦੇਣੇ ਤੁਸੀਂ ਆਪਾਂ ਇੰਜੋਏ ਵੀ ਕਰਨਾ ਪਲੱਸ ਇਹ ਵੀਡੀਓ ਨੂੰ ਪੂਰੇ ਬੱਚਿਆਂ ਤੱਕ ਦਿਖਾਣੀ ਹੈ ਤਾਂ ਕਿ ਬੱਚਿਆਂ ਨੂੰ ਪਤਾ ਹੋਵੇ ਸਾਡੇ ਘਰ ਖਡਾਉਣਾ ਕਿਹੜਾ ਹੈਗਾ ਹਰੇਕ ਬੰਦਾ ਕਹਿੰਦਾ ਸਾਡੇ ਘਰੇ ਖਡਾਉਣਾ ਬਹੁਤ ਹੈਗੇ ਜੀ ਹੁਣ ਬੋਤਾਂ 'ਚੋਂ ਦੇਖਦੇ ਤਾਂ ਕੋ ਕਿਹੜਾ ਵਧੀਆ ਖਡਾਉਣਾ ਹੈਗਾ ਤਾਂ ਅਸੀਂ ਤੁਹਾਨੂੰ ਦਿਖਾਵਾਂਗੇ ਕਿਹੜਾ ਵਧੀਆ ਖਡਾਉਣਾ ਤੁਹਾਨੂੰ ਅਸੀਂ ਦੇਣਾ ਚਾਹੁੰਦੇ ਹੈਗੇ ਹਾਂ ਜੀ ਚਲੋ ਚੱਲ ਗਏ ਜੀ ਆਓ ਜੀ ਆਓ ਬਿਲਕੁਲ ਪਹਿਲਾਂ ਆਪਾਂ ਚੱਲਦੇ ਉੱਪਰ ਟਾਈਮ ਘੱਟ ਲਈਏ ਤੁਹਾਡੀ ਵੈਰਾਈਟੀ ਦਿਖਾਵਾਂਗੇ ਐਸੀ ਤੁਸੀਂ ਆਪ ਕਹੋਗੇ ਵੀ ਯਾਰ ਮਜ਼ਾ ਆ ਰਿਹਾ ਸਾਕੋ ਦੇਖੋ ਸਾਰੀ ਵੈਰਾਈਟੀ ਖਡਾਉਣਿਆਂ ਦੀ ਮੰਜ਼ਲ ਉੱਪਰ ਹੈਗੀਆਂ ਨੇ ਸਾਡੀਆਂ ਵੈਰਾਈਟੀ ਸਾਰੀ ਰੱਖੀ ਹੋਈ ਹੈ ਤਾਂ ਦਿਖਾਉਂਦੇ ਆ ਸਾਰੀ ਰੇਂਜ ਆ ਜਾਓ ਜੀ ਬਈ ਨਰੋਏ ਪੂਰਾ ਇਹ ਸਮਾਨ ਦੇਖਣ ਨੂੰ ਬੱਚਿਆਂ ਵਰਗਾ ਪਰ ਹੈ ਲੋਹੇ ਵਰਗਾ ਸਮਾਨ ਬਿਲਕੁਲ ਜੀ ਬਿਲਕੁਲ ਹਨਾ ਜੀ ਸਭ ਤੋਂ ਪਹਿਲਾਂ ਤਾਂ ਭਾਜੀ ਦਿਖਾਉਣਾ ਚਾਹਾਂਗੇ ਜੀ ਕਿਹਾ ਨਾ ਬੱਚਾ 10 ਸਾਲ 12 ਸਾਲ 15 ਸਾਲ ਦਾ ਬੱਚਾ ਹੈਗਾ ਸਾਡੇ ਕੋਲ ਮੈਜੀਕਲ ਬੱਚਾ ਦਾ ਟੈਚ ਹੀ ਆ ਗਿਆ ਜੀ ਵੀ ਅਗਰ ਤੁਸੀਂ ਕਿਤੇ ਬਾਹਰ ਘੁੰਮਣ ਜਾਣਾ ਚਾਹੁੰਦੇ ਹੋ ਪੇਰੈਂਟਸ ਕਹਿੰਦੇ ਅਸੀਂ ਜਾਣਾ ਚਾਹੁੰਦੇ ਹਾਂ ਬੱਚੇ ਕਹਿੰਦੇ ਅਸੀਂ ਵੀ ਜਾਣਾ ਚਾਹੁੰਦੇ ਹਾਂ ਫੈਮਿਲੀ ਪੈ ਕੇ ਜਾਂਦਾ ਪੂਰਾ ਕਹਿੰਦੇ ਨਾ ਵੀ 4 ਸਾਬਣ ਨਾਲ ਇੱਕ ਸਾਬਣ ਚੱਕੀ ਫ੍ਰੀ ਤੇ ਤੁਹਾਨੂੰ ਉਹਦੇ 'ਚ ਵੀ ਅਸੀਂ ਦਿਖਾਉਣਾ ਚਾਹੁੰਦੇ ਹਾਂ ਟੈਚੀ ਸਾਡੇ ਕੋਲ ਆ ਚੁੱਕੇ ਬੜੇ ਸ਼ਾਨਦਾਰ ਪੂਰੀ ਖੋਲ ਕੇ ਦਿਖਾਉਂਦੇ ਵੈਰਾਈਟੀ ਇੱਕ ਟੈਚੀ ਖੋਲਾਂਗੇ ਜੀ ਤੇ ਮੈਜਿਕ ਹੀ ਹੋਣ ਲੱਗਾ ਜੀ ਲਓ ਜੀ ਇੱਕ ਟੈਚੀ ਹੋਰ ਨਿਕਲ ਗਿਆ ਜੀ ਹੁਣ ਇੱਕ ਟੈਚੀ ਫਿਰ ਫੜ ਕੇ ਰੱਖੋ ਲਓ ਜੀ ਹੁਣ ਅਗਲਾ ਹੋਰ ਫਿਰ ਕੰਮ ਕਰ ਦਈਏ ਇੱਕ ਹੋਰ ਜਾਦੂ ਦਿਖਾ ਦਈਏ ਤੁਹਾਨੂੰ ਜੀ ਔਰ ਰੇਟ ਵੀ ਤਾਂ ਨਾਲ ਦੇਵਾਂਗੇ
4500 ਰੁਪਏ ਦੇ ਵਿੱਚ ਸਾਡੇ ਕੋਲ ਸੈੱਟ ਹੈਗਾ ਇੱਕ ਨਹੀਂ ਦੋ ਨਹੀਂ ਤਿੰਨ ਪੀਸ ਦਾ ਤੁਸੀਂ ਆਪ ਚੈੱਕ ਕਰ ਸਕਦੇ ਹੋ ਵੈਨਿਟੀ ਬਾਕਸ ਆ ਗਿਆ ਹੈ ਮੀਡੀਅਮ ਟੈਚ ਹੀ ਆ ਗਿਆ ਔਰ ਵੱਡਾ ਟੈਚ ਹੀ ਆ ਗਿਆ ਜੀ ਇਹਦੀ ਮਜ਼ਬੂਤੀ ਕਿੰਨੀ ਕਾ ਭਾਜੀ ਮਜ਼ਬੂਤੀ ਬਹੁਤ ਸੋਹਣਾ ਪੀਸ ਹੈ ਕੁਆਲਿਟੀ ਵਧੀਆ ਡਿਜ਼ਨੀ ਕੰਪਨੀ ਦੇ ਸਾਡੇ ਕੋਲ ਪ੍ਰੋਡਕਟਸ ਹੈਗੇ ਨੇ ਰੇਟ ਤਾਂ ਤਾਂ ਦੇ ਰਹੇ ਆ ਕਈ ਵਾਰੀ ਕਸਟਮਰ ਆ ਕੇ ਕਹਿੰਦਾ ਸਾਨੂੰ ਬਾਜ਼ਾਰੋਂ ਚੀਜ਼ ਮਹਿੰਗੀ ਮਿਲਦੀ ਹੈ ਸਸਤੀ ਮਿਲਦੀ ਹੈ ਰੇਟ ਦੋ ਤਾਂ ਨਹੀਂ ਹੈਗੇ ਸਭ ਲਈ ਇੱਕ ਰੇਟ ਨੇ ਸਭ ਲਈ ਵਧੀਆ ਚੀਜ਼ਾਂ ਗਈਆਂ ਨੇ ਜੇ ਤੁਹਾਡੇ ਘਰੇ ਟੈਚ ਹੀ ਨਹੀਂ ਹੈਗਾ ਤਾਂ ਟੈਚ ਹੀ ਜ਼ਰੂਰ ਟਰਾਈ ਕਰਿਓ ਟੈਚ ਹੀ ਦੇ ਵਿੱਚ ਸਾਡੇ ਕੋਲ ਵੈਰਾਈਟੀ ਤਾਂ ਦਿਖਾਣਾ ਚਾਹੂੰਗਾ ਉੱਪਰ ਸਾਰੇ ਮਾਡਲ ਮਿੱਕੀ ਮਾਊਸ ਮਿੰਨੀ ਮਾਊਸ ਸਾਰੇ ਡਿਜ਼ਨੀ ਦੇ ਕੈਰੈਕਟਰ ਆਣਗੇ ਜੇ ਤੁਹਾਡਾ ਬਜਟ ਘੱਟ ਹੈਗਾ ਜਿਹਦੇ ਕਰਕੇ ਸਸਤੀ ਰੇਂਜ ਦੀ ਚੀਜ਼ ਲੈਣਾ ਚਾਹੁੰਦੇ ਆ ਟੈਚੀ ਦੇ ਵਿੱਚ ਸਾਡੇ ਕੋਲ 2200 ਰੁਪਏ ਤੋਂ ਲੈ ਕੇ 7000 ਤੱਕ ਦੇ ਮਾਡਲ ਟੈਚੀਆਂ ਦੇ ਸਾਰੇ ਆਉਂਦੇ ਨੇ ਜੇ ਹੁਣ ਗੱਲ ਕਰੀਏ ਜਵਾਕਾਂ ਦੇ ਸਾਈਕਲ ਦੀ ਜੀ ਪਹਿਲੇ ਦੱਸ ਦਈਏ ਭਾਈ ਮੇਰਾ ਪਹਿਲੇ ਵਾਰੀ ਆਇਆ ਹੈ ਦੀਵਾਲੀ ਵਾਲੇ ਦਿਨ ਅਗਰ ਕੋਈ ਬੱਚਾ ਸਭ ਤੋਂ ਵੱਧ ਵੀਡੀਓ ਸ਼ੇਅਰ ਕਰਦਾ ਹੈ ਲਾਈਕ ਕਰਦਾ ਹੈ ਕਮੈਂਟ ਕਰਦਾ ਇੱਕ ਤਾਂ ਅਸੀਂ ਟੈਡੀ ਰੋਕਰ ਦਿੱਤਾ ਹੈ ਦੀਵਾਲੀ ਵਾਲੇ ਦਿਨ 10:01 ਤੇ ਆਪਣਾ ਰਾਇਲ ਐਨਫੀਲਡ ਆ ਕੇ ਲੈ ਕੇ ਜਾਇਓ ਜੀ ਇੱਕ ਗਿਫਟ ਦੇਣਾ ਉਹ ਬੱਚੇ ਨੂੰ ਜਿਹੜਾ ਵਧੀਆ ਅਕਸੈਪਟ ਹੋ ਸਕੇਗਾ ਭਾਈ ਸਾਹਿਬ ਮੈਂ 1000 ਲਾਈਕ ਕਰਤੇ 500 ਕਮੈਂਟ ਕਰਤੇ ਸ਼ੇਅਰ ਕਰਤੇ ਹੈ ਦੀਵਾਲੀ ਵਾਲੇ ਦਿਨ 10:01 ਦੇ ਆ ਕੇ ਆਪਣਾ ਰਾਇਲ ਐਨਫੀਲਡ ਲੈ ਦਿਓ ਇਹਨਾਂ ਦੀ ਖਾਸੀਅਤ ਕੀ ਹੈ 2 ਸਾਲ 4 ਸਾਲ 5 ਸਾਲ 6 ਸਾਲ ਦਾ ਬੱਚਾ ਬਹਿ ਕੇ ਚਲਾ ਵੀ ਲਊਗਾ ਭਜਾ ਵੀ ਲਊਗਾ ਪਲੱਸ ਕਹਿੰਦੇ ਨਾ ਲੋਕਾਂ ਜਿਹਨਾਂ ਸ਼ੌਂਕ ਹੁੰਦਾ ਟੋਰ ਕੱਢਣ ਦਾ ਸ਼ੌਂਕ ਹੁੰਦਾ ਹੈ ਤਲਵਾਰਾਂ ਆਪਾਂ ਲਾਉਂਦੇ ਹਾਂ ਨਾ ਬੰਦੂਕਾਂ ਲਾਉਂਦੇ ਹਾਂ ਛੱਤਾਂ ਉੱਤੇ ਦੀਵਾਰਾਂ ਉੱਤੇ ਵਾਰੀ ਹੈ ਮੋਟਰਸਾਈਕਲ ਨੂੰ ਦੀਵਾਰ 'ਤੇ ਲਾਉਣ ਦੀ ਅਤੇ ਰੇਡ ਲੈਣ ਲਈ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 8300008086 ਸਾਡਾ ਨੰਬਰ ਹੈਗਾ ਜੀ ਸਪੈਸ਼ਲ ਬੱਚਿਆਂ ਲਈ ਅਸੀਂ ਆਪਣੇ ਅੰਦਰ ਸਟੱਡੀ ਟੇਬਲ ਤਿਆਰ ਕਰਵਾਉਂਦੇ ਹਾਂ ਮੈਂ ਸਰ ਤੁਸੀਂ ਇੱਕ ਬਹਿ ਕੇ ਦੇਖੋ ਇਹਦਾ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਸਭ ਤੋਂ ਸੋਹਣੀ ਚੀਜ਼ ਹੈ ਸਾਡਾ ਅਗਲਾ ਕੁਐਸਚਨ ਹੈਗਾ ਇਹ ਜਿਹੜਾ ਡੈਕਸ ਹੈਗਾ ਇਹਦੀ ਪਿਕਚਰ ਦੇਖ ਲਓ ਇਸ ਕੁਐਸਚਨ ਦਾ ਤੁਸੀਂ ਆਨਸਰ ਦਾ ਨਾਮ ਦੇਣਾ ਮੈਂ ਹੱਥ ਲਗੋ ਲੈਣਾ ਵੀ ਇਹ ਕਰੈਕਟਰ ਦਾ ਦੱਸੋ ਨਾਮ ਕੀ ਹੈਗਾ ਜਿਹੜੇ ਪਹਿਲੇ 10 ਬੱਚੇ ਕਮੈਂਟ ਕਰਨਗੇ ਉਹਨੂੰ ਅਸੀਂ ਹੈੱਡਫੋਨ ਦੇਵਾਂਗੇ ਗਿਫਟ ਦੇ ਵਿੱਚ ਉਹ ਚੀਜ਼ਾਂ ਦੇਵਾਂਗੇ A+ ਵਧੀਆ ਸਰ ਇੱਕ ਤਾਂ ਜਿਹੜੇ ਇੱਕ ਤਾਂ ਹੋ ਗਿਆ ਵੱਡਾ ਡੈਕਸ ਹੁਣ ਤੁਸੀਂ ਆਪਣਾ ਕਸਟਮਰ ਕਰੀ ਕਹਿੰਦਾ ਤਸੱਲੀ ਕਰਕੇ ਚੀਜ਼ ਲੈਣੀ ਹੈ ਵਧੀਆ ਚੀਜ਼ ਲੈਣੀ ਹੈ ਡਿਜ਼ਾਈਨ ਲੈਣੇ ਵਧੀਆ ਸਾਡੇ ਕੋਲ ਡਿਜ਼ਾਈਨ ਸਾਰੇ ਵਧੀਆ ਹੈਗੇ ਹੀ ਨੇ ਔਰ ਬੈਸਟ ਵਿੱਚ ਕੀ ਹੈ ਤੁਹਾਨੂੰ ਚੀਜ਼ ਦੀ ਖੂਬੀ ਦਿਖਾਉਂਦੇ ਹਾਂ ਕਈ ਵਾਰੀ ਕਸਟਮਰ ਕਹਿੰਦਾ ਹਲਕਾ ਮਾਲ ਤਾਂ ਨਹੀਂ ਗਾ ਬਈ ਹਲਕੀ ਚੀਜ਼ ਤਾਂ ਨਹੀਂ ਵੇਚ ਰਹੇ ਵੀ ਘੱਟ ਰੇਂਜ 1800 ਰੁਪਇਆ ਇਸ ਦੀ ਕੀਮਤ ਹੈ ਭਾਜੀ ਮੇਰਾ ਹੱਥ ਫੜ ਲਓ ਹਾਂਜੀ ਇਹਦੇ ਉੱਤੇ ਚੜ੍ਹੋ ਜੋਨ ਇਹਦੇ ਉੱਤੇ ਚੜ੍ਹੋ ਲਓ ਜੀ ਨਾ ਜਾਵੇ ਭਾਜੀ ਤੁਸੀਂ ਆਪ ਦੇਖ ਸਕਦੇ ਹੋ ਡੈਕਸ ਦੇਣ ਲੱਗੇ ਸਟੱਡੀ ਟੇਬਲ ਨੰਬਰ 1 ਗਾਰੰਟੀ ਨੰਬਰ 1 ਚੀਜ਼ ਤੁਸੀਂ ਤੁਰ ਕੇ ਦਿਖਾਓ ਸਾਰਿਆਂ ਤੇ ਲੈ ਭਾਜੀ ਜਿਆਦਾ ਦੇ ਰਹੇ ਆ ਡੈਕਸ ਦੀਆਂ ਚੀਜ਼ਾਂ ਦਵਾਂਗੇ ਵਧੀਆ A+ ਚੀਜ਼ਾਂ 1 ਸਾਲ ਦੇ ਬੱਚੇ ਲਈ ਸਾਡੇ ਕੋਲ ਆ ਚੁੱਕੀ ਸਭ ਤੋਂ ਪਿਆਰੀ ਬੱਚੇ ਦੀ ਬੂਸਟਰ ਚੇਅਰ ਬੱਚੇ ਨੇ ਰੋਟੀ ਖਾਣੀ ਹੈ ਨੀਚੇ ਰੱਖ ਕੇ ਖਵਾ ਸਕਦੇ ਹੋ ਉੱਪਰ ਉਵੇਂ ਖੜੀ ਕਰਕੇ ਰੋਟੀ ਖਵਾ ਸਕਦੇ ਹੋ ਸਭ ਤੋਂ ਸੋਹਣੀ ਚੀਜ਼ ਹੈ 1 ਸਾਲ ਦੇ ਬੱਚੇ ਲਈ 5000 ਰੁਪਏ ਇਸ ਦੀ ਕੀਮਤ ਹੈ ਇਹ ਤਾਂ ਚੀਜ਼ਾਂ ਸਿਰਫ ਮਾਲ ਦੇ ਅੰਦਰੋਂ ਮਿਲਦੀਆਂ ਨੇ 에어ਪੋਰਟ ਦੇ ਜਾਓ ਉੱਥੋਂ ਮਿਲਦੀਆਂ ਨੇ ਅਸੀਂ ਦਾਵਾ ਕਰਦੇ ਹਾਂ ਗੁਰੂ ਟੋਏ ਮਾਡਲ ਟਾਊਨ 4 ਖੰਬਰ ਰੋਡ ਤੇ ਆਓ ਤੁਹਾਨੂੰ ਵੈਰਾਈਟੀ ਦਵਾਂਗੇ A++ ਭਰਾ ਦੀ ਵੈਰਾਈਟੀ ਪਲੱਸ ਭਰਾ ਦੀ ਸ਼ਕਲ ਪਹਿਚਾਨ ਲਓ ਵੀਰਾ ਵੀ A+ ਹੀ ਹੈਗਾ ਸਾਡਾ ਤੇ ਗੱਲ ਕਰੀ ਹੁਣ ਜੀਪਾਂ ਦੀਆਂ ਬਾਈਕਾਂ ਦੀਆਂ ਕਾਰਾਂ ਦੀਆਂ ਉਹ ਵੀ ਤਾਂ ਦਿਖਾਵਾਂਗੇ ਸਭ ਤੋਂ ਸੋਹਣਾ ਸਾਈਕਲ ਕਹਿੰਦੇ ਸਾਡੇ ਕੁੜੀ ਦਾ ਹੈ ਨਹੀਂ ਧੀਆਂ ਕਹਿੰਦੇ ਸਭ ਦੀ ਸਾਂਝੀ ਆਉਂਦੀਆਂ ਧੀਆਂ ਦਾ ਕਹਿੰਦੇ ਪਿਓ ਜਿਹੜਾ ਆ ਗਿਆ ਇਹਨੂੰ ਬਿਠਾ ਕੇ ਦਿਖਾਉਂਦੇ ਆ ਸਾਈਕਲ ਮੈਂ ਬਹਿ ਜਾ ਤੇ ਭਾਜੀ ਬਬਲ ਕੰਪਨੀ ਦਾ ਸਾਈਕਲ ਹੈਗਾ ਜੇ ਦਿੱਲੀ ਮੇਡ ਸਾਈਕਲ ਹੈ ਕੋਈ ਲੋਕਲ ਸਾਡੀ ਮੈਨੂਫੈਕਚਰਿੰਗ ਨਹੀਂ ਹੈਗੀ ਸਭ ਤੋਂ ਸੋਹਣਾ ਸਾਈਕਲ ਜਿਹਨੂੰ ਕਹਿੰਦੇ ਕੁੜੀਆਂ ਲਈ ਸਾਈਕਲ ਲੈਣਾ ਹੈ ਤੇ ਕਹਿੰਦੇ ਸਾਈਕਲ ਜਾਵੇ ਨਾ ਭੱਜਦਾ ਔਰ ਸ਼ੂਕਦਾ ਅੱਗੇ ਕਹਿੰਦੇ ਸਰਕਾਰ ਨੇ ਸਾਈਕਲ ਵੰਡੇ ਸੀਗੇ ਨੀਤੀ ਵਧੀਆ ਅਪਣਾਈ ਹੈ ਉਵੇਂ ਮੈਂ ਚਾਹੁੰਦਾ ਘਰ ਘਰ ਦੇ ਵਿੱਚ ਵਧੀਆ ਸਾਈਕਲ ਹੋਣਾ ਚਾਹੀਦਾ ਹੋਣਾ ਕਿਤੋਂ ਚਾਹੀਦਾ ਗੁਰੂ ਟੋਏ ਦੇ ਅੰਦਰ ਆਓ ਔਰ ਵਧੀਆ ਸਾਈਕਲ ਲੈ ਕੇ ਜਾਓ ਬਬਲ ਕੰਪਨੀ ਦਾ ਜੀ ਤੇ ਹੁਣ ਆ ਜਾਓ ਵਾਰੀ ਹੈ ਜੀ ਭਾਜੀ ਦੀ ਫੇਵਰਟ ਕਹਿੰਦੇ ਮੈਂ ਚੱਟ ਨਿਕਲਿਆ ਗੱਡੀ ਲੈ ਕੇ ਉਹ ਰਸਤੇ ਪਏ ਉਹ ਸੜਕ ਪਏ ਇੱਕ ਮੋੜ ਆਇਆ ਤੇ ਮੈਂ ਉੱਥੇ ਦਿਲ ਛੋੜ ਆਇਆ ਹੁਣ ਦਿਲ ਨਹੀਂ ਛੱਡਣਾ ਗੱਡੀ ਵੀ ਨਹੀਂ ਛੱਡਣੀ ਹੁਣ ਤੁਹਾਨੂੰ ਚਲਾ ਕੇ ਦਿਖਾਣੀ ਹੈ ਵੱਡੀ ਮੋਟਰ ਕਹਿੰਦੇ ਜੇ ਟਿਊਬਵੈਲ ਦੀ ਜੋ ਟੈਂਕੀ ਆਨ ਹੁੰਦੀ ਹੈ ਤੇ ਕਹਿੰਦਾ ਸ਼ੁਗਦਾ ਪਾਣੀ ਆਉਂਦਾ ਨਾ ਉਵੇਂ ਸ਼ੁਗਦੇ ਹੁਣ ਚੀਜ਼ਾਂ ਆਣਗੇ ਤੁਹਾਡੇ ਅੱਗੇ ਮੈਂ ਬੈਠਣ ਲੱਗਿਆ ਮੈਂ ਇਹਦੇ ਵਿੱਚ ਬੈਠਣ ਲੱਗਿਆ ਪਹਿਲਾਂ ਜਦੋਂ ਮੈਂ ਬੈਠਾ ਸੀ ਤੇ ਮੈਂ ਪੁੱਛਿਆ ਕਿ ਇਹ ਟੁੱਟ ਤਾਂ ਨਹੀਂ ਜਾਊਗੀ ਤੇ ਇਹ ਕਹਿੰਦੇ ਵੀ ਟੁੱਟ ਗਈ ਤਾਂ ਸਾਡੀ ਤੇ ਜੇ ਬਚ ਗਈ ਤਾਂ ਤੁਹਾਡੀ ਬਚ ਗਈ ਤਾਂ ਤੁਹਾਡੀ ਹਾਂ ਲੋ ਜੀ ਟੱਕਰਾਂ ਮਾਰਨੀ ਹੈ ਹੁਣ ਆ ਗਈ ਜੀਪ ਜੱਟ ਦੀ ਲੋ ਜੀ ਉਹ ਤੁਸੀਂ ਚੀਜ਼ ਚੈੱਕ ਕਰ ਸਕਦੇ ਹੋ 10 ਨਹੀਂ 20 ਨਹੀਂ ਬੱਚੇ ਕਹਿੰਦੇ ਨੇ 5 ਸਾਲ ਦਾ ਬੱਚਾ 10 ਸਾਲ ਦਾ ਬੱਚਾ ਹੈ ਮੈਂ ਰੱਬ ਕਹਿੰਦਾ ਰੱਬ ਮੇਰੇ ਭਰਾ ਨੂੰ 10 ਸਾਲ ਹੋਰ ਛੋਟਾ ਕਰ ਦੇਵੇ 40 ਸਾਲ ਦਾ ਬੱਚਾ 40 ਸਾਲ ਦਾ ਬੱਚਾ ਸਾਡੇ ਕੋਲ ਆ ਗਿਆ ਉਹ ਖੱਪ ਤਾਂ ਪੂਰੀ ਮਾਣੀ ਹੈ ਜਿਹੜੇ ਲਵਰ ਨੇ ਕਹਿੰਦੇ ਨਾ ਕਹਿੰਦੇ ਮੈਕਸਿਮਮ ਲਾਈਕ ਕਰੋ ਕਮੈਂਟ ਕਰੋ ਜੋ ਸ਼ੇਅਰ ਜ਼ਰੂਰ ਕਰੀਓ ਕਹਿੰਦਾ ਜਦੋਂ ਜੱਟ ਦੀ ਵਾਰੀ ਆਉਂਦੀ ਨਾ ਇੱਕ ਲਲਕਾਰਾ ਹੀ ਬਹੁਤ ਹੁੰਦਾ ਭਾਜੀ ਇੱਕ ਲਾਈਨ ਸਾਡੇ ਯਾਰੀ ਦੇ ਨਾਮ ਤੇ ਕੁਝ ਸਪੈਸ਼ਲ ਦੱਸੋ ਬਿਲਕੁਲ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ 2 ਚੀਜ਼ਾਂ ਨਾਲ ਚੱਲਦੀ ਹੈ ਰਿਮੋਟ ਨਾਲ ਵੀ ਚੱਲਦੀ ਹੈ ਤੇ ਇੱਥੋਂ ਵੀ ਚੱਲ ਸਕਦੀ ਹੈ ਬਿਲਕੁਲ ਜੀ ਰਿਮੋਟ ਨਾਲ ਵੀ ਤੁਹਾਡਾ ਜਵਾਕ ਨਿਆਣਾ ਤਾਂ ਤੁਸੀਂ ਰਿਮੋਟ ਨਾਲ ਬੈਠੇ ਆਏ ਬੈਠੇ ਚਲਾਈ ਚੱਲੋ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਹਾਂ ਅੱਜ ਮੈਂ ਨਿਆਣਾ ਮੈਨੂੰ ਨਹੀਂ ਚਲਾਉਣੀ ਆਉਂਦੀ ਤਾਂ ਹੁਣ ਇਹ ਆਟੋਮੈਟਿਕ ਚੱਲ ਰਹੀ ਆ ਹਾਂ
ਲੋ ਜੀ ਤੇ ਆ ਇਹਨਾਂ ਦੇ ਵਿੱਚ ਮਾਰ ਮਾਰ ਕੇ ਦਿਖਾ ਰਿਹਾ ਵੀ ਭਾਈ ਸਾਡੇ ਦੂਜੇ ਖਿਡਾਉਣਿਆਂ ਦੀ ਵੀ ਪੂਰੀ ਮਜ਼ਬੂਤੀ ਆ ਹਾਂ ਐਂ ਦੀ ਪਾਵਰ ਸਲੋ ਕਰਤੀ ਹੈ ਜੀ ਬਿਲਕੁਲ ਦੇਖ ਰਹੇ ਹੋ ਕਿੰਨੀ ਸ਼ਾਨ ਆ ਲੋ ਗੇਅਰ ਲੱਗ ਗਿਆ ਇਹ ਲੋਕ ਲਗਾਤਾ ਸੀ ਜੀਬ ਦੇ ਉੱਤੇ ਕੋਈ ਬੱਚਾ ਛੋਟਾ ਹੁੰਦਾ ਹੈ ਬੱਚਾ ਕਹਿੰਦਾ ਆਰਾਮ ਨਾਲ ਚਲਾਉਣਾ ਚਾਹੁੰਦੇ ਹਾਂ ਹੁਣ ਅਸੀਂ ਕਰਾਂਗੇ ਫਿਰ ਪਾਵਰ ਤੇਜ਼ ਫੁੱਲ ਪਾਵਰ ਕਰਤੀ ਹੈ ਹੁਣ ਕਹਿੰਦੇ ਮੈਂ ਫਿਰ ਜੱਟ ਨਿਕਲਿਆ ਉਹਨੂੰ ਕਹਿੰਦਾ ਲੈ ਕੇ ਆਊਂਗਾ ਮੈਂ ਆਪਣੀ ਕਹਿੰਦਾ ਸਹੇਲੀ ਨਾਲ ਆਪਣੇ ਪਿੰਡ ਚਲੀ ਲੋ ਜੀ ਕਿਉਂ ਪੂਰੀ ਆਟੋ ਰਿਵਰਸ ਮਾਡਲ ਆਏਗਾ ਇੱਦਾਂ ਹੀ ਸਾਡੇ ਕੋਲ ਜੀਪਾਂ ਦੇ ਕਾਰਾਂ ਦੇ ਬਾਈਕਾਂ ਦੇ ਮਾਡਲ ਤੁਹਾਨੂੰ ਹੋਰ ਵੀ ਦਿਖਾਉਂਦੇ ਹਾਂ ਬਹੁਤ ਰੇਂਜ ਸਾਡੇ ਕੋਲ ਅਵੇਲੇਬਲ ਹੈਗੀ ਹੈ ਆਓ ਤੁਹਾਨੂੰ ਦਿਖਾਉਂਦੇ ਅਗਲੀ ਕੈਟੇਗਰੀ ਸਾਡੇ ਕੋਲ ਸਪੈਸ਼ਲ ਕੀ ਆ ਚੁੱਕਾ ਬੱਚਿਆਂ ਲਈ ਕਸਟਮਰ ਕਹਿੰਦਾ ਭਾਈ ਸਾਹਿਬ ਥਾਰ ਦਾ ਰੇਟ ਕੀ ਹੈ ਮੈਂ ਰੇਟ ਜ਼ਰੂਰ ਦੇਣਾ ਚਾਹੂੰਗਾ 23,000 ਰੁਪਏ ਦਾ ਪ੍ਰੋਡਕਟ ਜਿਹੜਾ ਦਿਖਾਇਆ ਹੈਗਾ ਅਸੀਂ ਬਕਾਇਦਾ ਇੱਕ ਇੱਕ ਚੀਜ਼ ਦੇ ਉੱਤੇ ਕੋਡ ਵੀ ਲਗਾਏ ਨੇ ਰੇਟ ਵੀ ਲਗਾਏ ਨੇ ਸਿਸਟਰ ਜੀ ਆਪ ਪੜ੍ਹ ਵੀ ਸਕਦੇ ਹੋ 22,800 ਰੁਪਏ ਇਸ ਦੀ ਕੀਮਤ ਹੈ ਲੈਸ ਕਰਕੇ ਹੈਗੀ ਹੈ ਗਰੰਟੀ ਵੀ ਨਾਲ ਲਵਾਂਗੇ ਵਾਰੰਟੀ ਵੀ ਨਾਲ ਲਵਾਂਗੇ ਚੀਜ਼ਾਂ ਵੀ ਦਵਾਂਗੇ ਵਧੀਆ ਏ ਪਲੱਸ ਉਵੇਂ ਕਸਟਮਰ ਕਹਿੰਦਾ ਘੱਟ ਰੇਂਜ ਦੇ ਵਿੱਚ ਕੋਈ ਬਾਈਕ ਚਾਹੀਦਾ ਹੈਗਾ ਪ੍ਰੋਪਰ ਸਾਡੇ ਕੋਲ ਹੈਂਡ ਰੇਸ ਦੇ ਬਾਈਕ ਆ ਗਏ ਨੇ ਬੱਚੇ ਦੇ ਤੁਸੀਂ ਕੀ ਚੈੱਕ ਕਰ ਸਕਦੇ ਹੋ ਆਟੋਮੈਟਿਕ ਪਾਵਰ ਦੇ ਨਾਲ ਚੱਲਦੇ ਸਪਰਿੰਗ ਰੇਸ ਦੇ ਨਾਲ ਚੱਲਦੇ ਹੁਣ ਕਿਤੇ ਬਾਈ ਦੀ ਵਾਰੀ ਆ ਗਈ ਕਿਤੇ ਬਾਈਕ ਚਲਾਉਣ ਦੀ ਬਾਈ ਕਹਿੰਦਾ ਮੈਂ ਨਾ ਕਿਤੇ ਪੈ ਜਾ ਰਹਿ ਜਾਵਾਂ ਹਨਾ ਸੰਦੀਪ ਵੀ ਰਹਿ ਜੀ ਇਹਦਾ ਨਾ ਸਤਵੰਤ ਸਤਵੰਤ ਭਾਜੀ ਦੀ ਰੇਸ ਦੇਣਗੇ ਭਾਜੀ ਬ੍ਰੇਕ ਤੇ ਪੈਰ ਛੱਡ ਦਿਓ ਰੇਸ ਦਿੱਤੀ ਜਾਵੇ ਲਓ ਜੀ ਬਾਈਕ ਬੈਕ ਚੱਲ ਰਿਹਾ ਜੇ ਹੁਣ ਬਾਈਕ ਚੱਲੇਗਾ ਫਰੰਟ ਦੇ ਵਿੱਚ ਬਾਹਰ ਬੱਚਿਆਂ ਨੂੰ ਘੁੰਮਾਉਣ ਲੈ ਕੇ ਜਾਣਾ ਗਲੀਆਂ 'ਚ ਜਾਣਾ ਲੈ ਕੇ ਜਾਣਾ ਪ੍ਰੋਪਰ ਸਾਡੇ ਕੋਲ ਬਹੁਤ ਸੋਹਣੀ ਪ੍ਰੈਮ ਆ ਚੁੱਕੀ ਮਿਊਜ਼ੀਕਲ ਵੀਲ ਦੇ ਵਿੱਚ ਪ੍ਰੈਮ ਆਏਗੀ ਬਹੁਤ ਸੋਹਣੇ ਡਰਮਸ ਚੱਲਦੇ ਨੇ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਆ ਚੁੱਕੇ ਹੈ ਅਗਰ ਆਪਾਂ ਮੋਲਸ ਜਾਂਦੇ ਹਾਂ ਮੈਂ ਗਰੰਟੀ ਨਾਲ ਕਹਿੰਦਾ ਐਮਾਜ਼ੋਨ 'ਚ ਜਾਂਦੇ ਹੋ ਚੀਜ਼ਾਂ ਸਰਚ ਕਰਦੇ ਹੋ ਇੱਕ ਵਾਰੀ ਗੁਰੂ ਟੋਏ ਆ ਕੇ ਸਰਚ ਕਰੋ ਤੁਹਾਡੀ ਤਸੱਲੀ ਨਾਲ ਕਹਿੰਦਾ ਤੁਹਾਨੂੰ ਵਰਾਇਟੀ ਤੁਹਾਨੂੰ ਗਰੰਟੀ ਜਿੰਨਾ ਮੈਂ ਜ਼ੋਰ ਲਾ ਕੇ ਜੇ ਬੋਲ ਰਿਹਾ ਨਾ ਬਾਈ ਕਹਿੰਦਾ ਮੈਂ ਬੜਾ ਸਹਿਜੇ ਬੋਲਦਾ ਮੈਂ ਕਹਿੰਦਾ ਜੇ ਤੁਸੀਂ ਸਹਿਜੇ ਬੋਲਦੇ ਮੈਨੂੰ ਤਾਂ ਆਉਂਦਾ ਨਹੀਂ ਭਰਾਵਾ ਅਸੀਂ ਤਾਂ ਸਹਿਜੇ ਨਹੀਂ ਵਧੀਆ ਸੌਦਾ ਵੇਚਣ ਲਈ ਤਿਆਰ ਹਾਂ ਤੁਹਾਡੇ ਨਾਲ ਖੜੇ ਹਾਂ ਚੀਜ਼ਾਂ ਦੇਵਾਂਗੇ 170 ਆ ਰੇਟਾਂ ਦੀ ਦੇਵਾਂਗੇ ਗਰੰਟੀਆਂ ਤੁਸੀਂ ਸਾਰੇ ਮਾਡਲ ਦੇਖ ਸਕਦੇ ਹੋ ਇੱਕ ਤੋਂ ਇੱਕ ਵਧੀਆ ਮਾਡਲ ਆਏ ਲਵਲੇ ਬ੍ਰਾਂਡ ਲੈਣਾ ਗ੍ਰੈਕੋ ਬ੍ਰਾਂਡ ਲੈਣਾ ਆਰ ਫੋਰ ਰੈਬਿਟ ਲੈਣਾ ਫਿਸ਼ਰ ਪ੍ਰਾਈਸ ਲੈਣਾ ਸਾਰੇ ਤਰ੍ਹਾਂ ਦੇ ਮਾਡਲ ਸਾਰੇ ਤਰ੍ਹਾਂ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਨੇ ਜ਼ਰੂਰ ਆਓ ਵਿਜ਼ਿਟ ਕਰੋ ਗੁਰੂ ਟੋਏ ਸਪੈਸ਼ਲ ਹੁਣ ਕਹਿੰਦੇ ਸਾਹ ਲੈਣ ਦੀ ਜਦੋਂ ਵਾਰੀ ਆਉਂਦੀ ਹੈ ਤੇ ਸਾਹ ਲੈਣਾ ਸੀ ਤੇ ਬਹਿ ਕੇ ਹੁਣ ਆਏਗੀ ਸਾਡੀ ਚਾਹ ਤੇ ਕਾਫੀ ਜਿਹੜੇ ਭੰਗੂੜੇ ਝੂਟੇ ਲੈਣਾ ਚਾਹੁੰਦੇ ਹੋ ਗਾਰਡਨਾਂ ਦੇ ਵਿੱਚ ਰੱਖਣਾ ਚਾਹੁੰਦੇ ਹੋ ਇਨਡੋਰ ਆਊਟਡੋਰ ਲਈ ਤੁਹਾਡੇ ਘਰੇ ਫਿੱਟ ਕਰਕੇ ਘਰੇ ਭਿਜਵਾ ਵੀ ਦੇਵਾਂਗੇ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਗੈਸ ਕਰੋ ਜਿਹੜੇ ਬੰਦੇ 10 ਬੰਦੇ ਪਹਿਲੇ ਗੈਸ ਕਰਦੇ ਨੇ ਉਹਨੂੰ ਦਿੱਤਾ ਜਾਏਗਾ ਵਧੀਆ ਸੋਨਾ ਗਿਫਟ ਜੀ ਦੱਸੋ ਜੀ ਕਿੰਨੇ ਦਾ ਹੋ ਸਕਦਾ ਨਹੀਂ ਪਤਾ ਕੋਈ ਅੰਦਾਜ਼ਾ ਨਹੀਂ 6,500 ਰੁਪਏ ਦੀ ਇਸਦੀ ਕੀਮਤ ਜੀ ਉਹ ਸਪੈਸ਼ਲ ਕਸਟਮਰ ਦੀ ਡਿਮਾਂਡ ਦੇ ਉੱਤੇ ਅਸੀਂ ਜੋ ਰੇਟ ਰੱਖੇ ਨੇ ਵੀ ਚੀਜ਼ਾਂ ਦੇਵਾਂਗੇ ਵਧੀਆ ਚੀਜ਼ਾਂ ਦੇਵਾਂਗੇ ਕੁਆਲਿਟੀ ਵਾਲੀਆਂ ਚੀਜ਼ਾਂ ਦੇਵਾਂਗੇ ਹਾਈ ਪ੍ਰੋਫੈਸ਼ਨਲ ਮਾਡਲ ਹੈ ਰੰਗ ਦੇ 2 ਮਿਲਣਗੇ ਲਿਆਓ ਤੁਹਾਨੂੰ ਦਿਖਾਉਂਦੇ ਇੱਕ ਸਭ ਤੋਂ ਸੋਹਣੀ ਚੀਜ਼ ਸੌਫਟ ਟੋਏ ਦੇ ਵਿੱਚ ਜਿਹਦੀ ਗੱਲ ਕਰਦੇ ਹਾਂ ਕਹਿੰਦੇ ਬੱਚਿਆਂ ਦਾ ਟਰੈਕਟਰ ਆ ਚੁੱਕਾ ਹੈ ਆ ਜਾ ਵੀ ਕਾਕਾ ਟਰੈਕਟਰ ਚਲਾ ਕੇ ਦਿਖਾਈਏ ਟਰਾਲੀ ਆ ਗਈ ਜੀ ਟਰਾਲੀ ਇਹ ਲਓ ਜੀ ਲਾਓ ਜੀ ਪਿੱਛੇ ਟਰਾਲੀ ਨਾਲ ਆ ਗਈ ਤੇ ਬੱਚਾ ਚਲਾਉਣ ਲੱਗਾ ਜੇ ਪੁੱਛੋ ਪੂਰਾ ਵੀ ਚੰਗੀ ਤਰ੍ਹਾਂ ਚੀਜ਼ਾਂ ਚੈੱਕ ਕਰ ਲਓ ਤਸੱਲੀ ਵਾਲੀ ਚੀਜ਼ਾਂ ਨੇ ਤੁਸੀਂ ਆ ਕੇ ਆਪਣੀ ਜਗ੍ਹਾ 'ਤੇ ਦੇਖ ਕੇ ਟਰਾਈ ਵੀ ਕਰ ਸਕਦੇ ਹੋ ਬਕਾਇਦਾ ਬੈਠ ਕੇ ਬੱਚਾ ਚਲਾ ਵੀ ਸਕਦਾ ਜਿਹੜੇ ਸ਼ੌਂਕੀ ਕਹਿੰਦੇ ਸਰਦਾਰ ਨੇ ਵੀ ਬੱਚਿਆਂ ਨੂੰ ਚੀਜ਼ਾਂ ਲੈ ਕੇ ਦੇਣੀਆਂ ਵਧੀਆ ਤੇ ਪ੍ਰੋਪਰ ਆ ਕੇ ਬੱਚਾ ਚੱਲ ਵੀ ਬਹਿ ਜਾ ਵੀ ਕਾਕਾ ਟਰਾਲੀ ਚੱਲੀ ਜੇ ਉਹ ਚੀਜ਼ ਦੇਖੋ ਕਿੰਨੀ ਵਧੀਆ ਆ ਗਈ ਜੇ ਲਓ ਜੀ ਭਾਅ ਜੀ ਗਾਣਾ ਸੁਣਾਓ ਕੋਈ ਜੱਟ ਵਾਲੀ ਲਾਈਨ ਦਾ ਤਾਂ ਕਿ ਸਭ ਨੂੰ ਪਤਾ ਲੱਗੇ ਵੀ ਟਰਾਲੀ ਚੱਲਦੀ ਕਿੱਦਾਂ ਲਿਆ ਵੀ ਲਿਆ ਕਾਕਾ ਬੈਗ ਲਿਆ ਬਹੁਤ ਗੇੜੇ ਮਾਰ ਰਿਹਾ ਘਰੇ ਲੇਟ ਹੋ ਜਾਏਗਾ ਬੀਬੀ ਮਾਰੂ ਗਾਲਾਂ ਜਲਦੀ ਆ ਜਾ ਵਾਪਸ ਲੈ ਵੀ ਉਹ ਮੁੰਡੇ ਨੇ ਡਰਾਈਵਿੰਗ ਆ ਗਈ ਹੈ ਜੀ ਆ ਗਈ ਛੋਟੇ ਉਮਰਾਂ ਦੇ ਦੇਖੋ ਡਰਾਈਵਿੰਗ ਕਰਨੀ ਆ ਗਈ ਬੱਚਿਆਂ ਨੂੰ ਤੇ ਟਰਾਲੀ ਦੇ ਸ਼ੌਕੀਨ ਜਿਹੜੇ ਰੱਖਦੇ ਨੇ ਟਰੈਕਟਰ ਦੇ ਜਿਹੜੇ ਸ਼ੌਕੀਨ ਰੱਖਦੇ ਨੇ ਜ਼ਰੂਰ ਵਿਜ਼ਿਟ ਕਰੋ ਗੁਰੂ ਟੋਏ ਲੁਧਿਆਣਾ ਮਾਡਲ ਟਾਊਨ 4 ਖੰਭਾ ਰੋਡ ਤੇ ਆ ਜਾ ਵੀ ਕਾਕਾ ਸਲਾਈਡ ਚਲਾ ਕੇ ਦਿਖਾਈਏ ਆ ਜਾਓ ਜੀ ਰੋਕਟ ਕਾਰਾਂ ਸਾਡੇ ਕੋਲ ਆ ਚੁੱਕੀਆਂ ਨੇ ਬੱਚੇ ਦੀ ਮੈਜਿਕ ਕਾਰਾਂ ਜੋ ਬੱਚੇ ਹਮੇਸ਼ਾ ਖੇਲਦੇ ਨੇ ਅਸੀਂ ਕਹਿੰਦੇ ਅਸੀਂ ਇੰਜੋਏ ਕਰਨਾ ਚਾਹੁੰਦੇ ਹਾਂ ਸਭ ਤੋਂ ਪਿਆਰੀ ਮੈਜਿਕ ਕਾਰ ਆ ਗਈ ਬੱਚਾ ਦਰਾ ਚਲਾ ਕੇ ਦਿਖਾ ਵੀ ਬਹਿ ਜਾ ਉੱਪਰ ਹੈਂਡਲ ਮਾਰ ਉੱਪਰ ਪੈਰ ਰੱਖ ਕੇ ਇਹ ਦੇਖੋ ਕਿੰਨੀ ਸੋਹਣੀ ਚੀਜ਼ ਆ ਚੁੱਕੀ ਹੈ ਬੱਚੇ ਦੀ ਮੈਜਿਕ ਕਾਰ ਆ ਗਈ ਰੋਕਟ ਕਾਰ ਆ ਚੁੱਕੀ ਹੈ ਜੋ ਬੱਚੇ ਕਹਿੰਦੇ ਅਸੀਂ ਖੇਲਣਾ ਚਾਹੁੰਦੇ ਹਾਂ ਵਧੀਆ ਮੈਜਿਕ ਕਾਰ ਲੈਣਾ ਚਾਹੁੰਦੇ ਹਾਂ ਪਿੱਛੋਂ ਧੱਕਾ ਮਾਰੋ ਤੇ ਰੁੜੇਗੀ ਸਭ ਤੋਂ ਸੋਹਣੀ ਚੀਜ਼ ਆ ਚੁੱਕੀ ਬੱਚਿਆਂ ਦੀ ਆ ਜਾ ਵੀ ਤੂੰ ਵੀ ਆ ਜਾ ਪਹਿਲਾਂ ਤਾਂ ਟੈਡੀ ਦੱਸੋ ਟੈਡੀ 70 ਇੰਚ ਦਾ ਟੈਡੀ 70 ਇੰਚ ਦਾ ਟੈਡੀ 70 ਇੰਚ ਦਾ ਟੈਡੀ ਖਲੀ ਘੋੜੇ ਜਿੱਡਾ ਆ ਜਾਓ ਲੋ ਜੀ ਲੋ ਸਾਈਜ਼ ਵੀ ਚੈੱਕ ਕਰ ਲੋ ਟੈਡੀ ਦਾ ਸਾਈਜ਼ ਚੈੱਕ ਕਰ ਲੋ ਕਹਿੰਦੇ ਖਲੀ ਨੂੰ ਯਾਦ ਕਰ ਲੋ ਜਾਂ ਟੈਡੀ ਦੇਖ ਲੋ ਇੱਕੋ ਚੀਜ਼ ਹੈਗੀ ਜੇ ਹਾਂ ਕਤਰਾਂ ਵਾਲੇ ਜਗਰਾਜ ਵਾਲੇ ਖਲੀ ਵਰਗਾ ਭਾਈ ਖਲੀ ਜਿੱਡਾ ਹਾਂ
तो इदा दे सॉफ्ट टॉयज बहुत रेंज अवेलेबल है। तुम अगर देखना चाहते हो हरेक चीज़ सारे को अवेलेबल ने, सॉफ्ट टॉय गेम्स टॉयज हरेक चीज़ अवेलेबल है। आ जा भी काका झूठा लैके दिखा सारा जरा, रख दे उत्थे रख दे। सब तो सोनी वधिया क्वालिटी प्ले करो ब्रांड टॉयज कंपनी दे, पूरी पंजाब दे डिस्ट्रीब्यूटर है। अगर किसी स्कूल प्रिंसीपल नो समान चाहिए स्कूलों वास्ते, साढ़े को हरेक प्ले वे स्कूल वास्ते समान, टेबल्स है, चेयरस है, रॉकर ने, स्लाइड ने, तो आप चीज़ चैक कर रहे हो। वे बच्चे जो चढ़ के खेल सकते हैं तो क्यों ना असं करें, चंगी चीज़ा लेके जाइए, चंगी चीज़ा लगाइए ताकि उस चीज़ के पैसे साढ़े वर्थ जा। क्योंकि हमेशा कस्टमर कहता 10,000 रुपया लेके आए हैं जी, सानू वधिया चीज़ दिखाओ। साडा मोटिव हुंदा है वधिया दे विच 10,000 दो नहीं तीन चीज़ा लेके जाओ। उदा ही देखो स्लाइड देख रहे हो, सब तो सोहना डिजाइन है। इसकी फोटो जरूर लो ताकि बच्चे आके कहन भी असं यही स्लाइड लैनी है, घर सारे आनी चाहिए। तुम पंजाब कितने भी बैठे हो हुम हुम आके सानू कॉल कर सकते हो, तुहाडे घर भिजवा सकते हैं। प्लस तुम साढ़े को आके विजिट भी कर सकते हो। सब तो सोहनी आइटम कि ट्रैम्पोलीन है, आ जा भी काका, आ जा भी, तू भी आ जा। एक नहीं दो जो आ गया चढ़ा के दिखावांगे। मौत का कुआ आ चुका है साढ़े को जी, तुम देखो कितना शानदार है। कहते मेले तो जाना ही है, जट तो कहते मेला लग गया है। तो बच्चे देखो किन्ने इंजॉय करते पे ने, झूठे माटे लैन लिए तैयार हो जाओ। सब तो सोहना ट्रैम्पोलीन क्वालिटी नंबर वन। तो आप देखो बच्चे का साइज किन्ना है, एक्चुअल साइज 3 साल 6 साल 10 साल के बच्चे लिए, फिर भी असं वे बच्चे पा के जंप करवा रहे हैं ताकि कस्टमर पता लगे क्वालिटी का मतलब की होंगे। क्वालिटी नंबर वन, प्राइस नंबर वन, वरायटी नंबर वन, और सब तो वधिया भरा दा चैनल नंबर वन। ज्योंदार है, ज्योंदार है, ज्योंदार है। शेयर करी चलो, शेयर करी चलो, जल्दी जल्दी वीडियो शेयर करी चलो। क्या बात है, मैं भी कहना भी एक एक साइकिल साइकिल का दिखाना चाहवा। थंडर, थंडर मीन साइकिल का हथौड़ा साइकिल, चीज ही देख लो कितना पारा साइकिल है। साइकिल की मजबूती भी चेक कर सकते हो, हथौड़े वर्गे साइकिल देवे। 3 साल का बच्चा कहता गली लैके जाना सी जी, असं जो घूम चलने साइकिल से। तो सब तो वधिया पांडा कंपनी का साइकिल आ चुका है। मोटरसाइकिल की गल करिए, सब तो प्यारा एक मोटरसाइकिल चला के भी दिखाने, रिमोट कंट्रोल मोटरसाइकिल आ चुका है बच्चे का, बैटरी वाला, बच्चा पैर रख के भी चलाऊगा प्लस रिमोट ना भी चला सकते। 2-in-1 साढ़े को बाइक आ गया जी, लो जी रेडी हो जाओ, बच्चे दे बाइक चलाने की वारी आ गई जे। आटोमैटिक बाइक चलते हैं सारे, रिमोट कंट्रोल, जो टेक्नोलॉजी नवी बाजार आ चुकी, तुहानू किसी ने नहीं दिखानी ना किसी ने रेट देने ने। 8,100 रुपये इसका प्राइस है जी, चीज़ा नोट कर लो, रेट नोट कर लो, गरंटी ना कहूँगा मैं। एक बार विजिट करो लुधियाना शहर मॉडल टाउन 4 खंबा रोड से, 8300000000 8 6 मेरा नंबर है जी। आया सत श्री अकाल।